ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਿੰਸੀਪਲ ਮੀਟ ਦੇ ਵਿੱਚ। ਅੱਜ ਤੁਹਾਡੇ ਨਾਲ ਡਲਹੌਜੀ ਹਿੱਲ ਟੌਪ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਸੇਠੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਜਿਹੜਾ ਸਾਡਾ ਸਕੂਲ ਹੈ ਡਲਹੌਜੀ ਦੇ ਵਿੱਚ ਉਹ ਕਦੋਂ ਸਟਾਰਟ ਹੋਇਆ, ਉਹਦੇ ਫਾਊਂਡਰ ਕੌਰ ਨੇ, ਸਾਰੀ ਜਾਣਕਾਰੀ ਵਿਸਤਾਰ ਦੇ ਨਾਲ ਉਹਨਾਂ ਤੋਂ ਕੋਲ ਲੈਂਦੇ। ਤੁਹਾਡਾ ਸਵਾਗਤ ਜੀ ਖਬਰ ਹਰਪਲ ਇੰਡੀਆ ਦੇ ਵਿੱਚ। ਅਤੇ ਇਹ ਜਿਹੜਾ ਸਕੂਲ ਹੈ ਡਲਹੌਜੀ ਹਿੱਲ ਟੌਪ, ਇਹ ਕਦੋਂ ਸਟਾਰਟ ਹੋਇਆ, ਇਹਦੇ ਫਾਊਂਡਰ ਕੌਰ ਨੇ ਜੀ? ਇਹ ਸਕੂਲ ਜਿਹੜਾ ਹੈ 1979 ਦੇ ਵਿੱਚ ਮਿਸਟਰ ਇੰਦਰ ਮੋਹਨ ਧਵਨ ਜੀ ਨੇ ਸ਼ੁਰੂ ਕੀਤਾ। ਖਾਸ ਅਚੀਵਮੈਂਟਸ ਨੇ ਉਹ ਕਿਹੜੀਆਂ ਕਿਹੜੀਆਂ ਨੇ ਜੀ? ਸਕੂਲ ਦੀ ਸਭ ਤੋਂ ਵੱਡੀ ਅਚੀਵਮੈਂਟ ਤਾਂ ਇਹੀ ਹੈਗੀ ਹੈ ਕਿ ਜਿੰਨੇ ਵੀ ਹਿੱਲ ਟੌਪੀਅਨਸ ਹੈਗੇ, ਜਿਨ੍ਹਾਂ ਦੇ ਮੈਂ ਮਿਲੀ ਹਾਂ, ਬਹੁਤ ਸਾਰੇ ਬੱਚੇ ਜਿਹੜੇ ਹੈ ਡਾਕਟਰਸ ਹੈਗੇ ਹੈ, ਬਹੁਤ ਸਾਰੇ ਲਾਇਰਸ ਹੈ, ਬਹੁਤ ਸਾਰੇ IAS ਆਫਿਸਰਸ ਹੈ। ਇੱਕ ਬੱਚਾ ਮੇਰੇ ਕੰਟੈਕਟ ਦੇ ਵਿੱਚ ਆਇਆ ਜਿਹੜਾ ਕਿ ਐਰੋਨੋਟੀਕਲ ਇੰਜੀਨੀਅਰਿੰਗ ਲੰਡਨ ਦੇ ਵਿੱਚ ਪੜ੍ਹਾ ਰਿਹਾ ਹੈਗਾ। ਸੋ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਸਕੂਲ ਜਿਹੜਾ ਹੈ ਇਸ ਗੱਲ ਦੇ ਉੱਪਰ ਫੋਕਸ ਨਹੀਂ ਕਰਦਾ ਕਿ ਸਿਰਫ ਬੱਚੇ 10th ਕਿੱਥੋਂ ਕਰਨ ਜਾਂ ਪਲੱਸ 2 ਇੱਥੋਂ ਕਰਨ, ਬਲਕਿ ਲਾਈਫ ਦੇ ਵਿੱਚ ਉਹ ਸਕਸੈਸਫੁਲ ਹੋਣ, ਉਹ ਜ਼ਿਆਦਾ ਇੰਪੋਰਟੈਂਟ ਹੈ ਸਕੂਲ ਵਾਸਤੇ। ਔਰ ਸਕੂਲ ਦੀ ਇਹ ਸਭ ਤੋਂ ਮੇਰੇ ਖਿਆਲ ਕਿਸੇ ਵੀ ਸਕੂਲ ਦੇ ਵਿੱਚ, ਕਿਸੇ ਵੀ ਪੜ੍ਹਿਆ ਹੋਇਆ ਬੱਚਾ ਕਿਸੇ ਸਕੂਲ ਦਾ ਅਗਰ ਆਪਣੇ ਲਾਈਫ ਦੇ ਵਿੱਚ ਸਕਸੈਸਫੁਲ ਹੁੰਦਾ ਤਾਂ ਇਸ ਤੋਂ ਜ਼ਿਆਦਾ ਵੱਡੀ ਅਚੀਵਮੈਂਟ ਨਹੀਂ ਹੈ। ਅਗਰ ਤੁਸੀਂ ਵੈਸੇ ਕਹਿੰਦੇ ਹੋ ਤਾਂ ਬਹੁਤ ਸਾਰੇ ਬੱਚੇ ਇੱਥੋਂ ਪੜ੍ਹ ਕੇ ਗਏ ਹੈ, ਔਰ ਬੱਚਿਆਂ ਨੇ ਇਹ ਸਕੂਲ ਜਿਹੜਾ ਹੈ ਕੁਆਲਿਟੀ ਆਫ ਐਜੂਕੇਸ਼ਨ ਦੇ ਲਈ ਹੀ ਜਾਣਿਆ ਜਾਂਦਾ ਹੈ। ਔਰ ਦੂਸਰੀ ਚੀਜ਼ ਇਹ ਹੈਗੀ ਕਿ ਸਪੋਰਟਸ ਦੇ ਵਿੱਚ ਵੀ ਸਕੂਲ ਨੇ ਜਿਹੜਾ ਬਹੁਤ ਅੱਛੀ ਉਹਨਾਂ ਦੀ ਅਚੀਵਮੈਂਟਸ ਹੈਗੀ ਹੈ। ਰੀਸੈਂਟਲੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਪੂਨਮ ਧਵਨ, ਉਹਨਾਂ ਨੂੰ ਬੈਸਟ ਅਵਾਰਡ ਮਿਲਿਆ ਸਕੂਲ ਤੋਂ, ਬੈਸਟ ਪਰਫੋਰਮੈਂਸ ਅਵਾਰਡ ਜਿਹੜਾ ਹੈ ਸਕੂਲ ਨੂੰ ਮਿਲਿਆ ਹੈ ਇੰਗਲਿਸ਼ ਕੇਂਬ੍ਰਿਜ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ, ਕਿ ਬਹੁਤ ਅੱਛਾ ਇੱਥੇ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਹੈਗਾ, ਔਰ ਬੱਚੇ ਜਿਹੜੇ ਬਹੁਤ ਉਹਨਾਂ ਦੀ ਅਚੀਵਮੈਂਟ ਜਿਹੜੀ ਹੈ ਬੱਚੇ ਦੀ 100% ਸਕਸੈਸ ਰੇਟ। ਬੱਚੇ ਸਕੂਲ ਦੇ ਜਿਹੜੇ ਨੇ ਕਿੱਥੋਂ ਕਿੱਥੋਂ ਇੱਥੇ ਆਉਂਦੇ ਨੇ, ਔਰ ਕਿਹੜੀ ਕਿਹੜੀ ਕੰਟਰੀ ਦੇ ਬੱਚੇ ਜਿਹੜੇ ਇੱਥੇ ਪੜ੍ਹਦੇ ਨੇ? ਇਸ ਵਕਤ ਸਾਡੇ ਕੋਲ ਜਿਹੜੇ ਬੱਚੇ ਹੈਗੇ ਉਹ ਜਪਾਨ ਤੋਂ ਹੈਗੇ, ਬਹਿਰੇਨ ਤੋਂ ਬੱਚਾ ਹੈ, ਔਰ ਆਸਟ੍ਰੇਲੀਆ ਤੋਂ ਹੈਗੇ ਹੀ ਹੈ, ਇੰਡੀਆ ਤੋਂ ਵੀ ਜਿਹੜੇ ਹੈ ਆਲ ਓਵਰ ਅਕਰੋਸ ਮਹਾਰਾਸ਼ਟਰਾ ਤੋਂ ਬੱਚੇ ਹੈ, ਬਿਹਾਰ ਤੋਂ ਬੱਚੇ ਸਾਡੇ ਕੋਲ ਹੈਗੇ ਹੈ, ਫਿਰ ਸਾਡੇ ਕੋਲ ਬੱਚੇ ਜਿਹੜੇ ਹੈਗੇ ਹੈ J&K ਤੋਂ, ਹਰਿਆਣਾ ਤੋਂ, ਪੰਜਾਬ ਤੋਂ, ਰਾਜਸਥਾਨ ਤੋਂ, ਇਹ ਵਾਲੇ ਜਿਹੜੇ ਸਟੇਟਸ ਜਿਹੜੀਆਂ ਹੈਗੀਆਂ ਉਹ ਕਵਰ ਕਰਦੇ ਹੈਗੇ। ਜਿਹੜੀਆਂ ਖਾਸ ਫੈਸਿਲਿਟੀ ਸਕੂਲ ਵੱਲੋਂ ਦਿੱਤੀਆਂ ਜਾ ਰਹੀਆਂ ਨੇ? ਸਕੂਲ ਜਿਹੜਾ ਹੈਗਾ ਹੈ, ਸਭ ਤੋਂ ਪਹਿਲੇ ਅਗਰ ਮੈਂ ਅਕੈਡਮਿਕਸ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜੀਆਂ ਲੈਂਗੁਏਜਸ ਹੈਗੀਆਂ, ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਅਗਰ ਕਿਸੇ ਲੈਂਗੁਏਜ ਅੱਛੀ ਤਰ੍ਹਾਂ ਬੋਲਦਾ, ਕਿਉਂਕਿ ਲੈਂਗੁਏਜ ਹੀ ਇੱਕ ਜ਼ਰੀਆ ਹੈਗਾ ਜਿਹਦੇ ਥਰੂ ਅਸੀਂ ਆਪਣੀ ਆਈਡੀਓਲੋਜੀ ਜਿਹੜੀ ਹੈਗੀ ਜਾਂ ਆਪਣੀ ਗੱਲ ਜਿਹੜੀ ਹੈਗੀ ਹੈ ਕਿਸੇ ਦੇ ਅੱਗੇ ਰੱਖ ਸਕਦੇ ਹਾਂ। ਤਾਂ ਲੈਂਗੁਏਜ ਵਜੋਂ ਅਸੀਂ ਇੰਟਰਨੈਸ਼ਨਲ ਲੈਂਗੁਏਜ ਕੇਮ ਜਿਹੜਾ ਕਿ ਕੇਂਬ੍ਰਿਜ ਇੰਗਲਿਸ਼ ਪ੍ਰੋਗਰਾਮ ਜਿਹੜਾ UK ਤੋਂ ਇੱਥੇ ਚੱਲ ਰਿਹਾ ਹੈਗਾ ਅੰਡਰ ਕੇਂਬ੍ਰਿਜ ਯੂਨੀਵਰਸਿਟੀ, ਔਰ ਫਰੈਂਚ ਜਿਹੜੀ ਉਹ ਵੀ ਸਿਖਾ ਰਿਹਾ ਬੱਚੇ ਨੂੰ, ਤਾਂ ਕਿ ਬੱਚੇ ਜਿਹੜੇ ਹੈਗੇ ਉਹ ਨਾ ਕੇਵਲ ਹਿੰਦੁਸਤਾਨ ਦੇ ਵਿੱਚ ਜਿਹੜੀ ਕਿ ਸਾਡੀ ਰਾਸ਼ਟਰ ਭਾਸ਼ਾ ਹੈਗੀ ਹੈ ਹਿੰਦੀ ਔਰ ਪੰਜਾਬੀ ਅਸੀਂ ਇੱਥੇ ਪੜ੍ਹਾਉਂਦੇ ਹਾਂ, ਸਿਰਫ ਹਿੰਦੁਸਤਾਨ ਦੇ ਵਿੱਚ ਹੀ ਕਾਮਯਾਬ ਨਾ ਹੋਣ, ਬਲਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਆ ਉਹ ਕੌਨਫੀਡੈਂਸ ਦੇ ਨਾਲ ਜਿਹੜਾ ਉਹ ਆਪਣੀ ਗੱਲ ਰੱਖ ਸਕਣ, ਚਾਹੇ ਉਹ ਬਿਜ਼ਨਸ ਕਰਨ, ਚਾਹੇ ਉਹ ਜੋਬ ਕਰਨ, ਅਤੇ ਉਹ ਕਾਮਯਾਬ ਹੋ ਸਕਣ। ਦੂਸਰੀ ਚੀਜ਼ ਜਿਹੜੀ ਹੈ ਇਸ ਸਕੂਲ ਨੂੰ ਬਾਕੀ ਸਕੂਲ ਤੋਂ ਵੱਖਰਾ ਕਰਦੀ ਹੈ ਕਿ ਇਹ CBSE ਐਫੀਲੀਏਟਿਡ ਹੈ, ਰੈਜ਼ੀਡੈਂਸ਼ੀਅਲ ਸਕੂਲ ਹੈਗਾ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਅਸੀਂ ਲੈਂਗੁਏਜ ਦੇ ਉੱਪਰ ਫੋਕਸ ਕਰਦੇ ਹਾਂ। ਫੋਰਥ ਇਸ ਕਿ ਜਿਸ ਤਰ੍ਹਾਂ ਸਕਾਊਟਿੰਗ ਹੈ, NCC ਹੈ, ਟਰੈਕਿੰਗ ਹੈ, ਹਾਰਸ ਰਾਈਡਿੰਗ ਹੈ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਰੈਗੂਲਰ ਫੀਚਰ ਹੈਗਾ ਵਾ, ਜਿਹੜਾ ਕਿ ਆਮ ਸਕੂਲਸ ਦੇ ਵਿੱਚ ਨਹੀਂ ਹੁੰਦਾ। ਫਿਰ ਇੱਥੇ ਜਿਹੜੀ ਕਲਾਸਿਸ ਜਿਹੜੀਆਂ ਹੈਗੀਆਂ ਕਿ ਨਾ ਕੇਵਲ ਟੀਚਰਸ ਨਹੀਂ ਸਿਰਫ ਪੜ੍ਹਾ ਰਹੇ, ਬਲਕਿ ਡਿਜੀ ਕਲਾਸਿਸ, ਸਮਾਰਟ ਕਲਾਸਿਸ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਕਿ ਲੇਟੈਸਟ ਟੈਕਨੋਲੋਜੀ ਹੈ, ਉਹਨੂੰ ਬੱਚਿਆਂ ਦੇ ਸਾਹਮਣੇ ਲੈ ਕੇ ਆਇਆ ਜਾਂਦਾ, ਔਰ ਬੱਚੇ ਜਿਹੜੇ ਹੈ ਜਦੋਂ ਵਿਜੂਅਲਾਈਜ਼ ਕੋਈ ਚੀਜ਼ ਦੇਖਦੇ ਆ, ਸੁਣਦੇ ਵੀ ਹੈ, ਅਤੇ ਉਹਨਾਂ ਦੇ ਉੱਪਰ ਲਰਨਿੰਗ ਜਿਹੜੀ ਹੈ ਉਹ ਪਰਮਾਨੈਂਟ ਲਰਨਿੰਗ ਜਿਹੜੀ ਉਹ ਹੁੰਦੀ ਹੈ। ਦੂਸਰੀ ਚੀਜ਼ ਸਕੂਲ ਦੀ ਖਾਸੀਅਤ ਇਹ ਹੈਗੀ ਹੈ ਕਿ ਸਾਡੇ USA ਦੇ ਨਾਲ ਜਾਂ ਕੈਨੇਡਾ ਦੇ ਨਾਲ ਸਕੂਲਸ ਦੇ ਨਾਲ ਐਕਸਚੇਂਜ ਪ੍ਰੋਗਰਾਮ ਹੁੰਦੇ ਆ, ਬੱਚੇ ਸਾਡੇ ਇੱਥੋਂ ਦੇ ਸਕੂਲ ਦੇ USA ਦੇ ਵਿੱਚ ਜਾਂਦੇ ਹੈ, ਉੱਥੇ 2 ਮਹੀਨੇ ਰਹਿੰਦੇ ਆ ਜਾਂ ਮਹੀਨਾ ਰਹਿੰਦੇ ਆ ਐਜ਼ ਪਰ ਦੀ ਕੰਟਰੈਕਟ ਵਿਦ ਦਾ ਸਕੂਲਸ ਆਫ USA। ਉੱਥੇ ਉਹਨਾਂ ਦਾ ਕਲਚਰ, ਉਹਨਾਂ ਦਾ ਜੋ ਸਕੂਲ ਸਿਸਟਮ ਹੈ ਉਹਨੂੰ ਦੇਖਦੇ ਆ, ਸਮਝਦੇ ਆ, ਔਰ ਉਹਨਾਂ ਦੇ ਮੁਤਾਬਕ ਕੰਮ ਕਰਦੇ ਆ। ਉੱਥੋਂ ਦੇ ਜਿਹੜੇ ਬੱਚੇ ਆ, ਜਿਸ ਤਰ੍ਹਾਂ ਜੁਲਾਈ ਦੇ ਵਿੱਚ ਇੱਕ ਬੱਚਾ ਸਾਡੇ ਕੋਲ USA ਤੋਂ ਸਾਡੇ ਸਕੂਲ ਆ ਰਿਹਾ, ਉਹ ਇੱਥੇ ਕੰਮ ਕਰੇਗਾ। ਉਹਦੇ ਨਾਲ ਕੀ ਹੈਗਾ ਕਿ ਦੋਨੋਂ ਜਿਹੜੇ ਸਟੇਟਸ ਹੈ ਉਹਨਾਂ ਦੇ ਕਲਚਰ ਕਿਸ ਤਰ੍ਹਾਂ ਹੈ, ਉਹ ਇੰਟਰੈਕਸ਼ਨ ਜਦੋਂ ਬੱਚਾ ਇੱਕ ਦੂਸਰੇ ਨਾਲ ਪਤਾ ਸਿੱਖਦਾ ਹੈ, ਉਹਨਾਂ ਦੀ ਕੀ ਆਈਡੀਓਲੋਜੀ ਹੈ, ਉਹਨਾਂ ਦਾ ਕੀ ਸਿਸਟਮ ਹੈ ਐਜੂਕੇਸ਼ਨ ਦਾ, ਬੱਚਿਆਂ ਨੂੰ ਪਤਾ ਚੱਲਦਾ ਹੈ। ਔਰ ਇਹ ਸਾਰਾ ਕੁਛ ਕਰਨ ਦੇ ਨਾਲ ਸਾਡੇ ਜਿਹੜੇ ਬੱਚੇ ਹਿੱਲ ਟੌਪੀਅਨਸ ਹੈ
ਉਹ ਬਹੁਤ ਕੌਨਫੀਡੈਂਟ ਹੁੰਦੇ ਆ ਕਿ ਚਾਹੇ ਉਹ ਅਮਰੀਕਾ ਜਾਣ, ਚਾਹੇ ਕੈਨੇਡਾ ਜਾਣ, ਚਾਹੇ ਲੰਡਨ ਜਾਣ ਜਾਂ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਜਾਣ, ਤਾਂ ਉਹ ਬੜੇ ਕੌਨਫੀਡੈਂਟ ਕੌਨਫੀਡੈਂਸ ਦੇ ਨਾਲ ਜਿਹੜਾ ਹੈ ਆਪਣਾ ਆਪਣੀ ਸੋਚ ਜਿਹੜੀ ਉਹ ਰੱਖ ਸਕਦੇ ਆ ਔਰ ਕਾਮਯਾਬ ਹੁੰਦੇ ਆ। ਜੀ ਗੱਲ ਜਿਹੜਾ ਪ੍ਰੋਗਰਾਮ ਹੈ ਰਿਲੇਟਡ ਟੂ ਪ੍ਰਿੰਸੀਪਲ ਮੀਟ, ਇਹਨੂੰ ਆਪਾਂ ਜਿਹੜੀ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਕਿੰਨੀ ਕੁ ਹੁੰਦੀ ਹੈ ਸਕੂਲ ਦੇ ਵਿੱਚ? ਦੇਖੋ ਸਕੂਲ ਦੇ ਵਿੱਚ ਜਿਹੜਾ ਪ੍ਰਿੰਸੀਪਲ ਹੈਗਾ ਹੀ ਔਰ ਸ਼ੀ ਇਜ਼ ਰਿਸਪੋਂਸੀਬਲ। ਮੇਰਾ ਨਹੀਂ ਖਿਆਲ ਕਿ ਕੋਈ ਵੀ ਕਿਹੋ ਜਿਹਾ ਇਵੈਂਟ ਜਾਂ ਕੋਈ ਵੀ ਕਿਹੋ ਜਿਹਾ ਜ਼ੋਨ ਹੈ ਜਿੱਥੇ ਪ੍ਰਿੰਸੀਪਲ ਜ਼ਿੰਮੇਵਾਰ ਨਹੀਂ ਹੈਗਾ ਜਾਂ ਉਹ ਆਪਣੀ ਕਿਸੇ ਰਿਸਪੋਂਸੀਬਿਲਿਟੀ ਤੋਂ ਦੂਰ ਜਾ ਸਕਦਾ ਹੈਗਾ। ਹਰ ਬੱਚਾ ਜਿਹੜਾ ਵੀ ਕੋਈ ਸਕੂਲ ਦੇ ਵਿੱਚ ਪੜ੍ਹਦਾ ਹੈ ਉਹਦੇ ਪ੍ਰਤੀ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੁੰਦੀ ਹੈ। ਔਰ ਹਰ ਬੱਚਾ ਜਿਹੜਾ ਐਜ਼ ਪ੍ਰਿੰਸੀਪਲ, ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਇਹ ਹੁੰਦਾ ਕਿ ਕੋਈ ਵੀ ਬੱਚਾ ਜਿਹੜਾ ਇੱਥੇ ਪੜ੍ਹ ਰਿਹਾ ਹੈਗਾ ਉਹ ਹਰ ਬੱਚਾ ਸਕੂਲ ਨੂੰ ਰੀਪ੍ਰਜੈਂਟ ਕਰ ਰਿਹਾ। ਤਾਂ ਉਹਦੇ ਵਿੱਚ ਕੀ ਹੈ ਕਿ ਅਸੀਂ ਆਲਰਾਊਂਡ ਡਿਵੈਲਪਮੈਂਟ ਬੱਚੇ ਦੀ ਜਿਹੜੀ ਹੈ, ਚਾਹੇ ਉਹ ਅਕੈਡਮਿਕਸ ਹੈ, ਮੈਂਟਲ ਹੈ, ਸਾਈਕੋਲੋਜੀਕਲ ਹੈ, ਫਿਜ਼ੀਕਲ ਹੈ, ਮਤਲਬ ਫੋਕਸਿੰਗ ਔਨ ਦੀ ਹੋਲਿਸਟਿਕ ਡਿਵੈਲਪਮੈਂਟ ਆਫ ਦ ਚਾਈਲਡ। ਔਰ ਹਰ ਬੱਚਾ ਕਿਉਂਕਿ ਸਕੂਲ ਨੂੰ ਰੀਪ੍ਰਜੈਂਟ ਕਰਦਾ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਬੱਚਾ ਜਿਹੜਾ ਅਕੈਡਮਿਕਲੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਪੇਰੈਂਟਸ ਇਹ ਸੋਚਦੇ ਆ ਕਿ ਅਕੈਡਮਿਕਸ ਦੇ ਵਿੱਚ ਅਗਰ ਬੱਚਾ ਅਚੀਵ ਕਰਦਾ ਤਾਂ ਹੀ ਉਹ ਕਾਮਯਾਬ ਹੈ, ਨਹੀਂ ਤਾਂ ਨਹੀਂ ਹੈ। ਤਾਂ ਉਹ ਪੇਰੈਂਟਸ ਦੀ ਕੀ ਇੱਛਾ ਹੈਗੀ ਹੈ, ਬੱਚੇ ਦਾ ਕੀ ਟੇਸਟ ਹੈਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰ ਦੇ ਵਿੱਚ ਰੱਖਿਆ ਜਾਂਦਾ ਔਰ ਬੱਚਿਆਂ ਨੂੰ ਮੋਟੀਵੇਟ ਕਰਕੇ ਹੀ ਪੜ੍ਹਾਇਆ ਜਾਂਦਾ। ਹੁਣ ਕਿਉਂਕਿ ਅਗਰ ਮੈਂ ਗੱਲ ਕਰਾਂ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਬੈਨ ਕੀਤਾ ਕਾਰਪੋਰਲ ਪਨਿਸ਼ਮੈਂਟ ਨਹੀਂ ਕਰਨੀ, ਤਾਂ ਇਸ ਸਕੂਲ ਦੇ ਵਿੱਚ ਜ਼ੀਰੋ ਕਾਰਪੋਰਲ ਪਨਿਸ਼ਮੈਂਟ ਹੈਗੀ ਹੈ। ਮਤਲਬ ਕਿਸੇ ਵੀ ਬੱਚੇ ਨੂੰ ਮਾਰਿਆ ਨਹੀਂ ਜਾਂਦਾ, ਕਿਸੇ ਵੀ ਬੱਚੇ ਨੂੰ ਪਨਿਸ਼ਮੈਂਟ ਨਹੀਂ ਦਿੱਤੀ ਜਾਂਦੀ ਔਰ ਬੱਚਿਆਂ ਨੂੰ ਮੋਟੀਵੇਟ ਕਰਕੇ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੂੰ ਕੰਫਰਟੇਬਲ ਜ਼ੋਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਮਝਾ ਕੇ ਮੈਂਟਲੀ ਪ੍ਰਿਪੇਅਰ ਕੀਤਾ ਜਾਂਦਾ, ਇੰਸਪਾਇਰ ਕੀਤਾ ਜਾਂਦਾ, ਫਿਰ ਉਹਨਾਂ ਨੂੰ ਪੜ੍ਹਾਇਆ ਜਾਂਦਾ ਜਾਂ ਕੋਈ ਵੀ ਕੰਮ ਅਗਰ ਉਹਨਾਂ ਤੋਂ ਸਪੋਰਟਸ ਦੇ ਵਿੱਚ ਪਾਰਟੀਸਪੇਸ਼ਨ ਕਰਵਾਉਣੀ ਹੈ, ਕਲਚਰ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਵਾਉਣਾ ਹੈ, ਤਾਂ ਦੇ ਆਰ ਪਾਰਟੀਸਪੇਟਿੰਗ ਇਨ ਇਟ ਐਜ਼ ਵੀ ਟਰਾਈ ਟੂ ਮੋਟੀਵੇਟ ਦੈਮ। ਤਾਂ ਇੱਕ ਬਹੁਤ ਵੱਡਾ ਚੈਲੇਂਜਿੰਗ ਜੋਬ ਹੈ ਇੱਕ ਪ੍ਰਿੰਸੀਪਲ ਦੇ ਲਈ ਅੱਜ ਦੇ ਜ਼ਮਾਨੇ ਦੇ ਵਿੱਚ, ਕਿ ਤੁਸੀਂ ਬਿਨਾਂ ਝਿੜਕਾ ਦਿੱਤੇ ਬੱਚਾ ਜਿਹੜਾ ਹੈ ਉਹਦੇ ਮੁਤਾਬਕ ਉਹਨੂੰ ਤੁਸੀਂ ਤਿਆਰ ਕਰਨਾ ਔਰ ਐਂਡ ਯੂ ਵਾਂਟ ਕਿ ਹੀ ਸ਼ੁੱਡ ਬੀ ਫਿਟ ਫੋਰ ਦਿਸ ਲਾਈਫ, ਤਾਂ ਉਹ ਜਿਹੜਾ ਇਟਸ ਅ ਚੈਲੇਂਜਿੰਗ ਜੋਬ ਫੋਰ ਅ ਪ੍ਰਿੰਸੀਪਲ। ਹੁਣ ਤੁਹਾਡੇ ਪਰਸਨਲ ਸਵਾਲ ਆਏਗਾ ਕਿ ਤੁਸੀਂ ਐਜੂਕੇਸ਼ਨ ਕਿੱਥੋਂ ਪ੍ਰਾਪਤ ਕੀਤੀ, ਕਦੋਂ ਤੁਸੀਂ ਐਜੂਕੇਸ਼ਨ ਲਾਈਨ ਦੇ ਨਾਲ ਜੁੜੇ, ਇਹ ਸਾਰੀ ਸਾਨੂੰ ਹਿਸਟਰੀ ਦੱਸੋ। ਮੈਂ ਨਰਸਰੀ ਤੋਂ ਹੀ ਸੈਕਿੰਡ ਹਾਰਟ ਹਾਈ ਸਕੂਲ ਸਿੱਧਪੁਰ ਧਰਮਸ਼ਾਲਾ ਦੇ ਵਿੱਚ ਉੱਥੇ ਐਜ਼ ਬੋਰਡਰ ਸੀਗੀ, ਅੱਠਵੀਂ ਤੱਕ ਉੱਥੇ ਪੜ੍ਹੀ। 9th-10th ਦੇ ਵਿੱਚ ਮੈਂ ਗੌਰਮੈਂਟ ਗਰਲਸ ਹਾਈ ਸਕੂਲ ਨਗਰੋਟਾ ਬਾਗਵਾਂ ਉੱਥੋਂ 10th ਕੀਤੀ। ਉਸ ਤੋਂ ਬਾਅਦ DAV ਕਾਂਗੜਾ ਆਏ ਜੁਆਇੰਟ, MSc ਮੈਂ ਪਟਨਾ ਤੋਂ ਕੀਤੀ। ਉਸ ਤੋਂ ਬਾਅਦ ਮੈਂ MA ਇੰਗਲਿਸ਼ GNDU ਯੂਨੀਵਰਸਿਟੀ ਤੋਂ ਕੀਤੀ, ਕੁਰੂਕਸ਼ੇਤਰ ਤੋਂ BEd ਔਰ ਫਿਰ MEd ਵੀ ਕੀਤੀ। ਉਸ ਆਏ ਮੈਂ ਜਿਹੜਾ ਹੈ 1993 ਦੇ ਵਿੱਚ ਮੈਂ ਐਜੂਕੇਸ਼ਨ ਸੈਕਟਰ ਦੇ ਵਿੱਚ ਜੋਬ ਦੇ ਵਜੋਂ ਆਈ ਔਰ ਮੈਂ ਚੀਫ ਖਾਲਸਾ ਦੀਵਾਨ ਦੇ ਜਿਹੜੇ ਸਕੂਲਸ ਹੈ, ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਗੋਲਡਨ ਐਵਨਿਊ ਦੀ ਬ੍ਰਾਂਚ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਕੰਪਿਊਟਰ ਇੰਸਟਰਕਟਰ ਅੰਮ੍ਰਿਤਸਰ ਦੇ ਵਿੱਚ, ਔਰ ਜੰਡਿਆਲਾ ਗੁਰੂ ਦੇ ਵਿੱਚ ਪਾਲ ਕਾਲਜ ਫਾਰ ਵੁਮੈਨ ਐਸੋਸੀਏਟ ਕਾਲਜ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੀਗਾ, ਉੱਥੇ ਮੈਂ 14 ਸਾਲ ਕੰਮ ਕੀਤਾ। ਉਹ ਕਰਨ ਤੋਂ ਬਾਅਦ ਮੈਂ ਪੱਟੀ ਸ਼ਿਫਟ ਹੋ ਗਈ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਕਿ 1976 ਦਾ ਸਕੂਲ ਹੈਗਾ, ਉੱਥੇ ਪ੍ਰਿੰਸੀਪਲ। ਫਿਰ ਉਸ ਤੋਂ ਬਾਅਦ ਮੈਂ ਡਿਸਪਲਿਨ ਡਿਸਾਈਪਲਸ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਔਰ ਹੁਣ ਇੱਥੇ ਹੈਗੀ ਆ ਡਲਹੌਜ਼ੀ ਹਿਲਟੌਪ ਸਕੂਲ। ਕੋਈ ਖਾਸ ਐਸੀ ਕੋਈ ਬੱਚੇ ਨਾਲ ਘਟਨਾ ਵਾਪਰੀ ਹੋਈ ਜਾਂ ਲਾਈਫ ਦੇ ਵਿੱਚ ਜਦੋਂ ਦੀ ਤੁਸੀਂ ਜੌਬ ਕਰ ਰਹੇ ਹੋ, ਕੋਈ ਇਹੋ ਜਿਹੀ ਯਾਦਗਾਰ ਜਿਹੜੀ ਹੋਵੇ? ਹਾਂ, ਮੈਂ ਮੇਰੀ ਬਹੁਤ ਹੀ ਮਤਲਬ ਕਿ ਕਿਉਂਕਿ ਹੁਣ ਤਾਂ ਮੈਂ ਐਜ਼ ਰਿਸੋਰਸ ਪਰਸਨ CBSE ਪੈਨਲ ਏਜੰਸੀ ਦੇ ਵਿੱਚ ਵੀ ਪਿਛਲੇ 4 ਸਾਲ ਤੋਂ ਕੰਮ ਕਰ ਰਹੀ ਹਾਂ, ਅਤੇ ਉਹਦੇ ਵਿੱਚ ਮੇਰਾ ਇੱਕ ਲਾਈਫ ਦਾ ਜਿਹੜਾ ਹੈ ਉਹ ਇਹ ਹੈ ਕਿ ਮੈਂ ਜਦੋਂ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ ਔਰ ਬੱਚੇ ਜਿਹੜੇ ਹੈ +2 ਤੋਂ ਬਾਅਦ ਫਸਟ ਈਅਰ ਦੇ ਸਾਡੇ ਕੋਲ ਦਾਖਲ ਹੁੰਦੇ ਸੀ, ਤਾਂ ਉਹ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਸੀ ਔਰ ਉਹਨਾਂ ਨੂੰ 2 ਮਹੀਨੇ ਪੜ੍ਹਾਉਣ ਤੋਂ ਬਾਅਦ ਜਦੋਂ ਉਹਨਾਂ ਦੇ ਟੈਸਟ ਲਿੱਤੇ ਗਏ ਤਾਂ ਉਹਨਾਂ ਦੇ ਨੰਬਰ 0, 1, 2, 3, ਤਾਂ ਆਏ। ਮੈਂ ਆਪਣੇ ਟੀਚਰ ਦੇ ਕੋਲ ਗਈ ਔਰ ਮੈਂ ਲਿਟਰਲੀ ਆਈ ਵਾਜ਼ ਵੀਪਿੰਗ ਔਰ ਮੈਂ ਕਿਹਾ ਸਰ ਮਤਲਬ ਕਿ ਮੈਂ ਇੰਨੀ ਮਿਹਨਤ ਕਰਦੀ ਹਾਂ, ਲੇਕਿਨ ਬੱਚੇ ਜਿਹੜੇ ਜਦੋਂ ਮੈਂ ਪੁੱਛਦੀ ਹਾਂ ਉਹਨਾਂ ਨੂੰ ਕਿ ਤੁਹਾਨੂੰ ਸਮਝ ਆ ਗਿਆ, ਅਤੇ ਉਹ ਸਾਰੇ ਕਹਿੰਦੇ ਯੈਸ ਮੈਮ ਬਟ ਦਾ ਰਿਜ਼ਲਟ ਇਜ਼ 0 ਐਂਡ ਮੈਂ ਕਿਉਂਕਿ ਇੰਗਲਿਸ਼ ਜਿਹੜੀ ਹੈ ਉਹ ਇੰਗਲਿਸ਼ 'ਚ ਪੜ੍ਹਾਉਣੀ ਹੁੰਦੀ ਆ, ਉਹ ਅਸੀਂ ਪੰਜਾਬੀ 'ਚ ਨਹੀਂ ਪੜ੍ਹਾ ਸਕਦੇ। ਤਾਂ ਫਿਰ ਸਰ ਨੇ ਮੈਨੂੰ ਇੱਕ ਗੱਲ ਕਹੀ ਸੀ ਜਿਹੜੀ ਕਿ ਮੈਂ ਹਮੇਸ਼ਾ ਆਪਣੇ ਟੀਚਰਸ ਨੂੰ ਇਹ ਕਹਿੰਦੀ ਜਿੱਥੇ ਵੀ ਟ੍ਰੇਨਿੰਗ ਸੈਸ਼ਨਸ ਦੇ ਉੱਪਰ ਜਾਂਦੀ ਹਾਂ, ਚਾਹੇ ਉਹ ਪ੍ਰਿੰਸੀਪਲ ਹੋਣ ਚਾਹੇ ਟੀਚਰਸ ਹੋਣ, ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਹਾਂ ਕਿ ਅਸੀਂ ਇਹ ਜਿਹੜਾ ਪ੍ਰੋਫੈਸ਼ਨ ਚੂਜ਼ ਕੀਤਾ ਇਟ ਇਜ਼ ਵੈਰੀ ਚੈਲੇਂਜਿੰਗ। ਜਦੋਂ ਤੱਕ ਬੱਚਾ ਸਾਡੀ ਕਸਟਡੀ 'ਚ ਨਹੀਂ ਸੀਗਾ, ਸਾਡੀ ਉਹਦੇ 'ਤੇ ਕੋਈ ਜ਼ਿੰਮੇਵਾਰੀ ਨਹੀਂ ਸੀ,
ਬਟ ਇੱਕ ਵਾਰੀ ਜਦੋਂ ਸਾਡੇ ਸ਼ਰਨ ਦੇ ਵਿੱਚ ਬੱਚਾ ਆ ਗਿਆ, ਸਾਡੀ ਕਸਟਡੀ ਦੇ ਵਿੱਚ ਬੱਚਾ, ਫਿਰ ਅਸੀਂ ਹੁਣ ਜ਼ਿੰਮੇਵਾਰ ਹਾਂ, ਚਾਹੇ ਅਸੀਂ ਰੋਈਏ ਚਾਹੇ ਹੱਸੀਏ, ਬਟ ਉਹ ਬੱਚੇ ਦਾ ਰਿਜ਼ਲਟ ਦਾ ਗ੍ਰਾਫ ਜਿਹੜਾ ਉਹ ਉੱਪਰ ਹੀ ਜਾਣਾ ਚਾਹੀਦਾ। ਔਰ ਕਾਲਜ ਦੇ ਵਿੱਚ ਤਾਂ ਮੇਰਾ ਇਹ ਸਿਸਟਮ ਬਣ ਗਿਆ ਸੀ ਕਿ ਪੰਜਾਬੀ ਇੱਕ ਲਾਈਨ ਅੰਗਰੇਜ਼ੀ 'ਚ ਬੋਲਦੀ ਸੀ, ਫਿਰ ਪੰਜਾਬੀ 'ਚ ਬੋਲਦੀ ਸੀ। ਸੋ ਉਹ ਜਿਹੜਾ ਇੱਕ ਪ੍ਰੋਸੈਸ ਹੈ ਉਹਦੇ ਨਾਲ, ਕਿਉਂਕਿ ਬੱਚੇ ਕਦੀ ਵੀ ਇਹ ਨਹੀਂ, ਸਾਨੂੰ ਇੰਡੀਅਨ ਸਟੂਡੈਂਟਸ ਜਿਹੜੇ ਆ ਉਹ ਕਦੀ ਨਹੀਂ ਕਹਿੰਦੇ ਕਿ, ਜ਼ਿਆਦਾਤਰ ਨਹੀਂ ਕਹਿੰਦੇ, ਆਈ ਵੁੱਡ ਰੈਕਟੀਫਾਈ, ਉਹ ਜ਼ਿਆਦਾਤਰ ਕਦੀ ਨਹੀਂ ਕਹਿਣਗੇ ਕਿ ਉਹਨਾਂ ਨੂੰ ਸਮਝ ਨਹੀਂ ਆਈ। ਤੋ ਐਜ਼ ਅ ਟੀਚਰ ਸਾਨੂੰ ਹੀ ਸਮਝਦਾਰ ਹੋਣਾ ਪੈਂਦਾ, ਬੱਚਿਆਂ ਦੇ ਲੈਵਲ 'ਤੇ ਆ ਕੇ ਸਮਝਾਉਣਾ ਪੈਂਦਾ, ਔਰ ਫਿਰ ਬੱਚਿਆਂ ਨੂੰ ਜਿਹੜੀ ਹੈ ਸਮਝ ਆਉਂਦੀ ਹੈ, ਔਰ ਜੋ ਅਸੀਂ ਰਿਜ਼ਲਟ ਜਾਂਦੇ ਫਿਰ ਹੀ ਅਸੀਂ ਲੈ ਸਕਦੇ ਹਾਂ ਉਹਨਾਂ ਦੇ ਕੋਲ। ਡਲਹੌਜ਼ੀ ਹਿਲਟੌਪ ਸਕੂਲ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਲਾਨਿੰਗਸ ਨੇ ਉਹ ਕਿਹੜੀ ਕਿਹੜੀ ਨੇ? ਇੱਕ ਤਾਂ ਇਹ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਐਕਸਚੇਂਜ ਪ੍ਰੋਗਰਾਮ ਜਿਹੜੇ ਹੈ ਅਸੀਂ ਕਰ ਰਹੇ ਹਾਂ ਦੂਸਰੇ ਦੇਸ਼ਾਂ ਦੇ ਨਾਲ, ਤਾਂ ਕਿ ਬੱਚੇ ਜਿਹੜੇ ਹੈ ਉਹ ਆਲ ਓਵਰ ਸਕੂਲ ਨੂੰ ਰੀਪ੍ਰਜੈਂਟ ਕਰ ਸਕਣ, ਆਪ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ। ਵੇਲਾ ਹੋ ਗਿਆ ਇੱਕ ਬ੍ਰੇਕ ਲੈਣ ਦਾ, ਤਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਅਤੇ ਮੇਰੇ ਨਾਲ ਨੇ ਪ੍ਰਿੰਸੀਪਲ ਜਸਵਿੰਦਰ ਕੌਰ ਸੇਠੀ ਜੀ, ਡਲਹੌਜ਼ੀ ਹਿੱਲ ਟੌਪ ਸਕੂਲ ਦੇ। ਮੈਡਮ, ਜਿਹੜੇ ਡਲਹੌਜ਼ੀ ਹਿੱਲ ਟੌਪ ਸਕੂਲ ਹੈ, ਇਹਦੇ ਆਉਣ ਵਾਲੇ ਦਿਨਾਂ ਦੀਆਂ ਪਲਾਨਿੰਗਸ ਕੀ ਨੇ, ਕੀ ਚੱਲਦਾ ਹੈ ਸਕੂਲ, ਹੋਰ ਮੈਨੇਜਮੈਂਟ ਕੀ ਚੱਲ ਰਿਹਾ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡੇ ਐਕਸਚੇਂਜ ਪ੍ਰੋਗਰਾਮ ਜਿਹੜੇ ਹੈ ਬੱਚਿਆਂ ਦੇ ਲਈ ਹੋ ਰਹੇ ਹੈ, ਚੱਲ ਰਹੇ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਸਾਡੇ ਸਕੂਲ ਦੇ ਵਿੱਚ ਇੰਟਰਨੈਸ਼ਨਲ ਫੈਕਲਟੀ ਜਿਹੜੀ ਹੈ ਉਹ ਆਉਂਦੇ ਹੈ, ਤੋ ਇੰਟਰਨੈਸ਼ਨਲ ਫੈਕਲਟੀ ਵੀ ਅਪੁਆਇੰਟ ਕਰਨ ਦਾ ਇਹੀ ਮਕਸਦ ਇਹੀ ਹੈਗਾ ਕਿ ਜਿਹੜੀ ਬਾਹਰ ਦੀ ਆਈਡੀਓਲੋਜੀ ਜਿਹੜੀ ਹੈਗੀ ਹੈ ਕਿ ਉੱਥੋਂ ਦੇ ਬੱਚੇ ਕਿਉਂ ਕਾਮਯਾਬ ਇੰਨੇ ਜ਼ਿਆਦਾ ਹੁੰਦੇ ਆ, ਔਰ ਅਸੀਂ ਜਿਹੜੇ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਦੇ ਬੱਚੇ ਕਾਮਯਾਬ ਹੋ ਰਹੇ, ਕਾਮਯਾਬ ਹੋ ਰਹੇ, ਲੇਕਿਨ ਅਨਰੈਸਟ ਔਰ ਫਰਸਟ੍ਰੇਸ਼ਨ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਸੋ ਉਹਨਾਂ ਦੀ ਆਈਡੀਓਲੋਜੀ ਕੈਸੀ ਹੈ, ਬੱਚੇ ਜਿਹੜੇ ਹੈ ਉਹ ਜਾਣਨ, ਇਸ ਕਰਕੇ ਇੰਟਰਨੈਸ਼ਨਲ ਫੈਕਲਟੀ ਮੈਂਬਰਸ ਵੀ ਜਿਹੜੇ ਹੈ ਉਹਨਾਂ ਨੂੰ ਸਕੂਲ ਜਿਹੜਾ ਹੈ ਉਹ ਅਪੁਆਇੰਟ ਕਰ ਰਿਹਾ, ਆਉਂਦੇ ਵੀ ਹੈ, ਔਰ ਚਾਹੇ ਉਹ 2 ਮਹੀਨੇ ਵਾਸਤੇ ਆਉਣ, ਚਾਹੇ ਉਹ ਮਹੀਨੇ ਵਾਸਤੇ ਆਉਣ ਜਾਂ ਪੂਰੇ ਸੈਸ਼ਨ ਵਾਸਤੇ ਆਉਣ। ਸੋ ਵੀ ਆਰ ਇਨਵਾਈਟਿੰਗ ਇੰਟਰਨੈਸ਼ਨਲ ਫੈਕਲਟੀ ਮੈਂਬਰਸ ਆਲਸੋ। ਦੂਸਰਾ ਇਹ ਹੈਗਾ ਕਿ ਜਿਹੜੇ ਵੀ ਬਹੁਤ ਵੱਡੇ ਇੰਡਸਟਰੀਅਲਿਸਟ ਹੈਗੇ ਆ, ਬਹੁਤ ਵੱਡੇ ਐਜੂਕੇਸ਼ਨ ਦੇ ਵਿੱਚ ਆਫਿਸਰਸ ਜਿਹੜੇ ਹੈਗੇ ਆ, ਔਰ ਉਹ ਤਾਂ ਕਿ ਬੱਚੇ ਜਿਹੜੇ ਹੈਗੇ ਆ ਜਦੋਂ ਕਿਸੇ ਨੂੰ ਜਿਹੜਾ ਇੱਥੋਂ ਪੜ੍ਹਿਆ ਹੋਇਆ ਪੁਰਾਣਾ ਹਿੱਲ ਟੌਪੀਅਰ ਆ ਉਹਨੂੰ ਵੀ ਮਿਲਦੇ ਹੈ, ਜਾਂ ਕਿਸੇ ਵੀ ਕਿਸੇ ਐਮੀਨੈਂਟ ਪਰਸਨੈਲਿਟੀ ਨੂੰ ਮਿਲਦਾ, ਅਤੇ ਉਹਨਾਂ ਦੇ ਉੱਪਰ ਉਹ ਆਪਣੇ ਜਦੋਂ ਐਕਸਪੀਰੀਅੰਸ ਦੱਸਦੇ ਆ ਤਾਂ ਪਤਾ ਲੱਗਦਾ ਕਿ ਹਾਂ, ਜ਼ਿੰਦਗੀ ਵਿੱਚ ਕਦੇ ਵੀ ਸਕਸੈਸ ਦੇ ਲਈ ਸ਼ੋਰਟਕੱਟਸ ਨਹੀਂ ਹੈਗੇ, ਸਾਨੂੰ ਮਿਹਨਤ ਜਿਹੜੀ ਹੈ ਉਹੀ, ਦੈਟ ਇਜ਼ ਓਨਲੀ ਦਾ ਕੀ ਟੂ ਸਕਸੈਸ, ਔਰ ਉਹ ਇੰਸਪਾਇਰ ਉਹਨਾਂ ਨੂੰ ਕਰਦੇ ਆ, ਮੋਟੀਵੇਟ ਕਰਦੇ ਆ। ਮੇਰੇ ਖਿਆਲ ਦੇ ਵਿੱਚ ਜੋ ਇਹ ਸਕੂਲ ਸੋਚਦਾ ਕਿ ਲਾਈਫ ਆਫਟਰ ਸਕੂਲ ਦੀ ਸਕਸੈਸ ਦੀ ਜਿਹੜੀ ਗੱਲ ਕਰਦਾ ਉਹ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਮੋਟੀਵੇਟ ਕਰ ਸਕੀਏ ਕਿਸੇ, ਜਦੋਂ ਤੱਕ ਬੱਚਾ ਪੜ੍ਹ ਲਈ ਜਾਵੇਗਾ ਉਦੋਂ ਤੱਕ ਇਟ ਇਜ਼ ਇਹੋ ਜਿਹੀ ਚੀਜ਼ ਹੈ ਜਿਹੜੀ ਕੋਈ ਵੀ ਜ਼ਬਰਦਸਤੀ ਨਹੀਂ ਕਰਵਾਈ ਜਾ ਸਕਦੀ। ਸੋ ਫੈਕਲਟੀ ਨੂੰ ਲੈ ਕੇ ਆਉਣਾ, ਸਪੋਰਟਸ ਦੇ ਵਿੱਚ ਐਕਸਲ ਕਰਨਾ, ਆਪਣੇ ਕਲਚਰ ਨੂੰ ਪ੍ਰਮੋਟ ਕਰਨਾ, ਬੱਚਿਆਂ ਜਿਹੜਾ ਹੈਗਾ ਅਸੀਂ ਸੰਗੀਤ ਦੇ ਨਾਲ ਡਾਂਸਿਸ ਦੇ ਨਾਲ ਵੀ ਜੋੜ ਕੇ ਰੱਖਦੇ ਹਾਂ, ਕਿਉਂਕਿ ਬੱਚੇ ਜਿਹੜੇ ਹੈਗੇ ਆ ਅਗਰ ਉਹਨਾਂ ਨੂੰ ਆਪਣੇ ਕਲਚਰ ਦੇ ਨਾਲ ਇੰਡੀਅਨਨੈਸ ਦੇ ਨਾਲ ਨਹੀਂ ਜੋੜਾਂਗੇ ਤਾਂ ਮੇਰੇ ਖਿਆਲ ਨਾਲ ਸਾਡਾ ਜਿਹੜਾ ਕਲਚਰ ਹੈ ਉਹ ਖਤਰੇ ਦੇ ਵਿੱਚ ਹੋਏਗਾ। ਇੱਥੇ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹਾਂਗੀ ਕਿ ਰਵਿੰਦਰਨਾਥ ਟੈਗੋਰ ਜੀ ਜਿਹੜੇ ਹੈ ਉਹ ਇਸ ਡਲਹੌਜ਼ੀ ਦੇ ਇਸ ਏਰੀਆ ਦੇ ਨਾਲ ਜੁੜੇ ਹੋਏ ਹੈ, ਕਿਉਂਕਿ ਜਦੋਂ ਉਹਨਾਂ ਨੇ ਗੀਤਾਂਜਲੀ ਲਿਖੀ ਸੀਗੀ ਅਤੇ ਉਹ ਇੱਥੋਂ ਦੀ ਜਿਹੜੀ ਸੀਨਿਕ ਬਿਊਟੀ ਹੈ ਡਲਹੌਜ਼ੀ ਦੀ ਉਹਦੇ ਤੋਂ ਬਹੁਤ ਸਾਰੇ ਜ਼ਿਆਦਾ ਇੰਸਪਾਇਰ ਹੋਏ ਸੀਗੇ, ਤਾਂ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਕੁਛ ਸਾਲ ਇੱਥੇ ਬਿਤਾਏ, ਔਰ ਉਹ ਵੀ ਜਿਹੜੀ ਚੀਜ਼ ਹੈਗੀ ਉਹ ਵੀ ਸਾਡੇ ਬੱਚਿਆਂ ਨੂੰ ਜਿਹੜੀ ਹੈ ਜਦੋਂ ਅਸੀਂ ਆਪਣੇ ਪੁਰਾਣੇ ਬਹੁਤ ਹੀ ਗ੍ਰੇਟ ਪਰਸਨੈਲਿਟੀਜ਼ ਜਿਹੜੀਆਂ ਹੋਈਆਂ ਉਹਨਾਂ ਬਾਰੇ ਜਦੋਂ ਅਸੀਂ ਦੱਸਦੇ ਹਾਂ ਬੱਚਿਆਂ ਨੂੰ ਤਾਂ ਦੇ ਗੈਟ ਮੋਟੀਵੇਟਡ ਔਰ ਬੱਚੇ ਅੱਛਾ ਪਰਫੋਰਮ ਕਰਦੇ ਆ, ਔਰ ਬੱਚੇ ਜਿਹੜੇ ਹੈਗੇ ਆ ਅੱਜ ਦੇ ਜਿਹੜੇ ਬੱਚੇ ਜਿਹੜੇ ਹੈਗੇ ਅਸੀਂ ਨੋਰਮਲੀ ਦੇਖਦੇ ਹਾਂ ਬਾਕੀ ਸਕੂਲਾਂ ਦੇ ਵਿੱਚ ਦੇਖਦੇ ਹਾਂ ਕਿ ਬੱਚੇ ਬਹੁਤ ਐਗਰੈਸਿਵ ਹੁੰਦੇ ਹੈ, ਤਾਂ ਅਸੀਂ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਐਗਰੈਸ਼ਨ ਨਾ ਹੋਵੇ, ਉਹਨਾਂ ਦੀ ਜਿਹੜੀ ਪੈਂਟਾ ਫੀਲਿੰਗਸ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਐਨਰਜੀਜ਼ ਆ ਉਹਨਾਂ ਨੂੰ ਚੈਨਲਾਈਜ਼ ਕਰਕੇ ਉਹਨਾਂ ਦੀ ਜਿਹੜੀ ਐਨਰਜੀਜ਼ ਹੈ ਜਿੱਥੇ ਬੱਚੇ ਦਾ ਜੋ ਕਰਨਾ ਚਾਹੁੰਦਾ ਹੈ ਉਹਦੇ ਉੱਪਰ ਲਗਾਈਆਂ ਜਾਣ, ਔਰ ਉਹਦੇ ਨਾਲ ਜਿਹੜਾ ਹੈ ਕਿ ਮੇਰੇ ਖਿਆਲ ਸਕੂਲ ਦਾ ਨਾਂ ਵੀ ਜ਼ਿਆਦਾ ਹੁੰਦਾ, ਔਰ ਬੱਚੇ ਜਿਹੜੇ ਆਲਰੇਡੀ ਸਾਡੇ ਕੋਲ ਹੈ ਉਹਨਾਂ ਨੂੰ ਵੀ ਸਕਸੈਸ ਜਿਹੜੀ ਹੈ ਉਹ ਮਿਲਦੀ, ਔਰ ਪੇਰੈਂਟਸ ਵੀ ਖੁਸ਼ ਹੁੰਦੇ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ, ਅਤੇ ਇਹ ਸਨ ਮੇਰੇ ਨਾਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਸੇਠੀ ਜੀ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਬਹੁਤ ਲੰਬੇ ਸਮੇਂ ਨੂੰ ਜਿਹੜਾ ਐਕਸਪੀਰੀਅੰਸ ਹੈ ਸਾਡੇ ਨਾਲ ਸ਼ੇਅਰ ਕੀਤਾ, ਅਤੇ ਸਾਨੂੰ ਇਹ ਡਲਹੌਜ਼ੀ ਹਿੱਲ ਟੌਪ ਸਕੂਲ ਦੇ ਬਾਰੇ ਵੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਪ੍ਰਿੰਸੀਪਲ ਉਹਨਾਂ ਨਾਲ ਮਿਲਾਵਾਂਗੇ, ਅਤੇ ਸਾਡਾ ਪ੍ਰੋਗਰਾਮ
ਹਰ ਐਤਵਾਰ ਨੂੰ ਚੱਲਦਾ ਹੀ ਰਹੇਗਾ।